ਕਰਾਲ ਜੀ ਨਵੀਂ ਫਿਲਮ ਉੜੀਕਾ ਤੇਰੀਆਂ ਦੀ ਉੜੀਕ ਹੁਣ ਖਤਮ ਹੋਣ ਵਾਲੀ ਹੈ ਕਿਉਂਕਿ ਇਸ ਦੀ ਆਫੀਸ਼ੀਅਲ ਲੁੱਕ ਹੁਣ ਸਾਹਮਣੇ ਆ ਗਈ। ਇਸ ਫਿਲਮ ਦੇ ਵਿੱਚ ਤੁਹਾਨੂੰ ਜਸਵਿੰਦਰ ਭੱਲਾ, ਅਮਰ ਨੂਰੀ, ਸੀਮਾ ਕੌਸ਼ਲ, ਬਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਗੁੰਜਨ ਕਟੋਚ, ਹਾਰਬੀ ਸੰਘਾ, ਅਭਿਸ਼ੇਕ ਸ਼ਰਮਾ, ਪਰਮਿੰਦਰ ਬਰਨਾਲਾ, ਬੀਐਮ ਸ਼ਰਮਾ, ਸੰਦੀਪ ਪਤੀਲਾ, ਬਲਵੀਰ ਬੋਪਾਰਾਏ, ਕੁਲਵੀਰ ਸੋਨੀ, ਸੰਤੋਸ਼ ਗਿੱਲ, ਪੁਨੀਤ ਸਿੰਘ, ਜੋਤੀ ਅਰੋੜਾ, ਹਰਮੀਤ ਨਾਨੂ ਜੀ ਨਜ਼ਰ ਆਉਣ ਵਾਲੇ ਨੇ। ਫਿਲਮ ਦੀ ਕਹਾਣੀ ਬਹੁਤ ਜ਼ਿਆਦਾ ਯੂਨੀਕ ਲੱਗ ਰਹੀ ਹੈ। ਤੁਸੀਂ ਪੋਸਟਰ ਦੇ ਵਿੱਚ ਦੇਖ ਸਕਦੇ ਹੋ ਬਹੁਤ ਸਾਰੇ ਕਪਲਸ ਨੇ, ਹਾਰਵੀ ਸੰਘਾ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪੁਖਰਾਜ ਭੱਲਾ ਗੁੰਜਨ ਕਟੋਸ਼ ਨੂੰ ਦਰਵਾਜ਼ੇ ਦੇ ਪਿੱਛਿਓਂ ਬੜੇ ਹੀ ਪਿਆਰ ਨਾਲ ਦੇਖ ਰਹੇ ਨੇ ਤੇ ਪੋਸਟਰ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਅੜਿੰਗਾ ਵੀ ਨਜ਼ਰ ਆ ਰਿਹਾ ਹੈ। ਇੰਜ ਲੱਗ ਰਿਹਾ ਹੈ ਇਹਨਾਂ ਦੋਵਾਂ ਦੇ ਪਿਆਰ ਦੇ ਵਿੱਚ ਕੋਈ ਪੰਗਾ ਪੈਣ ਵਾਲਾ ਹੈ। ਇਹਨਾਂ ਦੇ ਪਿਆਰ ਦੇ ਵਿੱਚ ਕੌਣ ਪਾ ਰਿਹਾ ਹੈ ਪੰਗਾ, ਕੀ ਇਹਨਾਂ ਦਾ ਪਿਆਰ ਚੜ ਸਕੇਗਾ ਪਰਵਾਨ, ਇਹ ਜਾਣਨ ਲਈ ਦੇਖਣਾ ਪਵੇਗਾ ਸਿਨੇਮਾ ਤੇ ਥੋੜਾ ਜਿਹਾ ਕਰਨਾ ਪਵੇਗਾ ਹੋਰ ਇੰਤਜ਼ਾਰ। ਜਲਦੀ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਫਿਲਮ ਉੜੀਕਾ ਤੇਰੀਆਂ।